ਤੁਸੀਂ ਦੇਖ ਸਕਦੇ ਹੋ ਸਾਡਾ ਗੈਂਗ ਇਹ ਨਾ 10ਵੀਂ ਦਾ 2000 ਦਾ ਗੈਂਗ ਆ, 22 ਸਾਲ ਬਾਅਦ ਅਸੀਂ ਮਿਲੇ ਆ ਤੇ ਗਾਈਜ਼ ਹੁਣ ਅਸੀਂ ਫੇਰ ਆ ਗਏ ਆਪਣੀ ਪੈਟ ਜਗ੍ਹਾ ਤੇ, ਤੁਸੀਂ ਇਹਦਾ ਪਿੱਛੇ ਦੇਖ ਹੀ ਸਕਦੇ ਹੋ। ਦੇਖੋ ਗਾਈਜ਼ ਹੁਣ ਆਪਣਾ ਬੈਲੈਂਸ ਕਰਨਾ ਤਾਂ ਸਿੱਖ ਗਿਆ ਗਾਈਜ਼ ਇਹ। ਹਾਂਜੀ ਕਿੱਦਾਂ ਹੋ ਸਾਰੇ, ਵੈਲਕਮ ਬੈਕ ਟੂ ਅਵਰ ਨਿਊ ਬਲੌਗ। ਤੇ ਗਾਈਜ਼ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਹੈਪੀ ਨਿਊ ਈਅਰ ਗਾਈਜ਼। ਵੈਸੇ ਤਾਂ ਮੈਂ ਰਾਤੀ ਵੀ ਤੁਹਾਨੂੰ ਵਿਸ਼ ਕਰ ਦਿੱਤਾ ਸੀਗਾ, ਲੇਕਿਨ ਆ ਜਿਹੜਾ ਨਵੇਂ ਸਾਲ ਦਾ ਪਹਿਲਾ ਦਿਨ ਚੜਿਆ ਇਹਦੇ ਵਿੱਚ ਗੱਲ ਕਰਨ ਦਾ ਮਜ਼ਾ ਹੀ ਹੋਰ ਆਉਂਦਾ। ਜਿੱਦਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਟਾਈਮ 2 ਵੱਜ ਕੇ ਤੋਂ ਉੱਪਰ ਹੋ ਗਿਆ ਆ। ਰਾਤੀ ਗਾਈਜ਼ ਘਰ ਆਉਂਦੇ ਹੁੰਦੇ ਸਾਨੂੰ 2:30 ਵੱਜ ਗਏ ਸੀਗੇ, ਫਿਰ ਘਰ ਆ ਕੇ ਗੱਲਾਂ ਬਾਤਾਂ ਕਰਦੇ ਸੌਂਦੇ, ਅਰਨਵ ਨੂੰ ਸਲਾਉਂਦੇ, ਟਾਈਮ ਹੋ ਗਿਆ ਸੀ 3:15 ਦਾ। ਅਤੇ ਹੁਣ ਮੈਂ ਤਾਂ ਫਿਰ ਵੀ ਸਵੇਰੇ 7 ਵਜੇ ਉੱਠ ਗਿਆ ਸੀ, 8 ਵਜੇ, ਲੇਕਿਨ ਅਰਨਵ 2 ਘੰਟੇ ਪਹਿਲਾਂ ਮਤਲਬ 12:30 ਵਜੇ ਅਰਨਵ ਉੱਠਿਆ। ਉਸ ਤੋਂ ਪਹਿਲਾਂ ਉਹਦੇ ਮੰਮੀ ਉੱਠ ਗਏ ਸੀਗੇ। ਅਤੇ ਫਿਰ ਜਿੱਦਾਂ ਅਸੀਂ ਸਾਰਿਆਂ ਨੇ ਨਹਾ ਧੋ ਕੇ ਪੂਜਾ ਪਾਠ ਕਰਨਾ ਹੁੰਦਾ ਨਾ, ਰੱਬ ਦਾ ਨਾਂ ਲੈਣਾ ਹੁੰਦਾ, ਗੁਰਦੁਆਰੇ ਜਾਣਾ, ਮੰਦਰ ਜਾਣਾ, ਜਿਹਨੇ ਵੀ ਜੋ ਜੋ ਕਰਨਾ ਹੁੰਦਾ ਉਹ ਕਰਦਾ, ਕਿਉਂਕਿ ਸਭ ਨੇ ਨਵੇਂ ਸਾਲ 'ਤੇ ਪਰਮਾਤਮਾ ਦਾ ਸ਼ੁਕਰ ਕਰਨਾ ਕਿ ਨਵਾਂ ਸਾਲ ਸਾਡੇ ਲਈ ਵਧੀਆ ਲੈ ਕੇ ਆਇਓ ਅਤੇ ਸਭ ਦੇ ਲਈ ਖੁਸ਼ੀਆਂ ਭਰਿਆ ਆਵੇ। ਇੱਦਾਂ ਅਸੀਂ ਵੀ ਵਿਸ਼ ਕੀਤੀ ਅਤੇ ਪਰਮਾਤਮਾ ਦੇ ਅੱਗੇ, ਅਤੇ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਕਿ ਤੁਹਾਡੇ ਲਈ ਵਿਸ਼ ਕਰਦੇ ਹਾਂ ਕਿ ਪਰਮਾਤਮਾ ਤੁਹਾਡੇ ਲਈ ਵੀ ਨਵਾਂ ਸਾਲ ਬਹੁਤ ਵਧੀਆ ਲੈ ਕੇ ਆਵੇ। ਅਤੇ ਗਾਈਜ਼ ਜਿੱਦਾਂ ਕਿ ਰੋਜ਼ ਦੀ ਤਰ੍ਹਾਂ ਅੱਗੇ ਵੀ ਵਲੌਗ ਬਣਦਾ ਸੀਗਾ ਅਤੇ ਹੁਣ ਵੀ ਬਣਦਾ ਰਹੂਗਾ, ਲੇਕਿਨ ਮੇਰੇ ਲਈ 2022 ਬਹੁਤ ਵਧੀਆ ਰਿਹਾ। ਉਹ ਸਪੈਸ਼ਲ ਇਸ ਕਰਕੇ ਕਿ 2022 ਦੇ ਵਿੱਚ ਹੀ ਮੈਂ ਤੁਹਾਡੇ ਨਾਲ ਮਿਲਿਆ, ਮੈਂ ਬਲੌਗ ਸਟਾਰਟ ਕੀਤਾ, ਅਰਨਵ ਨੇ ਮੈਨੂੰ ਕਿਹਾ ਮੇਰਾ ਬਲੌਗ ਬਣਾਓ, ਅਤੇ ਉਹ ਇੱਕ ਮਤਲਬ ਇੱਕ ਨਵੀਂ ਜ਼ਿੰਦਗੀ ਦਾ ਆਗਾਜ਼ ਹੋਇਆ। ਅਤੇ ਹੁਣ ਜਦੋਂ ਤੱਕ ਮੈਂ ਰੋਜ਼ ਆਪਣੇ ਬਲੌਗ ਦੀ ਸ਼ੁਰੂਆਤ ਕਰ ਨਹੀਂ ਲੈਂਦਾ ਤਾਂ ਮੈਨੂੰ ਲੱਗਦਾ ਰਹਿੰਦਾ ਕਿ ਅੱਜ ਮੈਂ ਕੁਛ ਮਿਸ ਕੀਤਾ ਆਪਣੀ ਲਾਈਫ ਦੇ ਵਿੱਚੋਂ। ਅਤੇ ਹੁਣ ਵੀ ਸਵੇਰ ਦਾ ਕਈ ਕੁਛ ਕਰ ਲਿਆ ਸੀਗਾ, ਲੇਕਿਨ ਬਲੌਗ ਤਾਂ ਬਣਾਇਆ ਹੀ ਨਹੀਂ ਸੀਗਾ। ਹੁਣ ਤੁਹਾਨੂੰ ਪਤਾ 2 ਵੱਜ ਗਏ ਸੀਗੇ, ਤਾਂ ਫਿਰ ਮੈਂ ਸੋਚਿਆ, ਮੈਂ ਕਿਹਾ ਨਹੀਂ ਯਾਰ ਬਲੌਗ ਦਾ ਸ਼ੁਰੂਆਤ ਤਾਂ ਕਰੀਏ, ਨਵੇਂ ਸਾਲ ਦਾ ਇਹ ਪਹਿਲਾ ਬਲੌਗ ਆ ਗਾਈਜ਼। ਅਤੇ ਹੁਣ ਤੁਸੀਂ ਜਿੱਦਾਂ ਮੇਰੇ ਪਹਿਲੇ ਬਲੌਗ ਦੇਖਦੇ ਹੋ ਉਹਨਾਂ ਨੂੰ ਪਿਆਰ ਦਿੰਦੇ ਹੋ, ਅਤੇ ਨਵੇਂ ਸਾਲ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਦੇਖਦੇ ਰਹੋਗੇ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਗਾਈਜ਼। ਅਤੇ ਪਰਮਾਤਮਾ ਕਰੇ ਤੁਹਾਡੇ ਲਈ ਸਾਰਿਆਂ ਲਈ ਨਵਾਂ ਸਾਲ ਬਹੁਤ ਵਧੀਆ ਹੋਵੇ ਅਤੇ ਬਹੁਤ ਖੁਸ਼ੀਆਂ ਲੈ ਕੇ ਆਵੇ। ਹਾਂਜੀ ਗਾਈਜ਼, ਅਤੇ ਹੁਣ ਮੈਂ ਚੱਲਾ ਸੀਗਾ ਆਪਣੇ ਗਰੁੱਪ ਦੇ ਨਾਲ ਮਿਲਣ। ਗਰੁੱਪ ਇਨ ਦਾ ਸੈਂਸ ਕਿ ਤੁਹਾਨੂੰ ਤਾਂ ਖੈਰ ਨਹੀਂ ਪਤਾ ਹੋਣਾ, ਸਾਡੇ ਨਾ ਜਦੋਂ ਅਸੀਂ 10th ਕਲਾਸ ਕੀਤੀ ਸੀਗੀ, ਮਤਲਬ 20 ਸਾਲ ਪੁਰਾਣੀ ਗੱਲ ਆ ਇਹ, ਉਦੋਂ ਦਾ ਸਾਡਾ ਗਰੁੱਪ ਜਿਹੜਾ ਇਹ ਵੀ 2022 ਦੇ ਵਿੱਚ ਹੀ ਐਕਟਿਵ ਹੋਇਆ ਸੀਗਾ, ਕਿਉਂਕਿ ਉੱਥੋਂ ਦੇ ਕਈ ਸਟੂਡੈਂਟਸ ਨੇ ਸਾਡੇ ਪੁਰਾਣਿਆਂ ਨੇ ਕੋਸ਼ਿਸ਼ ਕੀਤੀ ਅਤੇ ਸਾਡੇ ਨੰਬਰ ਇੱਕ ਦੂਜੇ ਦੇ ਲੱਭ ਕੇ ਇੱਕ ਵਟਸਐਪ ਗਰੁੱਪ ਬਣਾਇਆ ਸੀਗਾ, ਅਤੇ ਉਹ ਪਿਛਲੇ 7-8 ਮਹੀਨੇ ਤੋਂ ਬਹੁਤ ਵਧੀਆ ਚੱਲ ਰਿਹਾ ਸੀਗਾ। ਮਤਲਬ ਉਸ ਤੋਂ ਬਾਅਦ ਹੀ ਮੈਂ ਬਲੌਗ ਬਣਾਉਣੇ ਸਟਾਰਟ ਕੀਤੇ ਆ, ਅਤੇ ਜਿੱਦਾਂ 1-2 ਬਲੌਗ ਉਹ ਗਰੁੱਪ ਦੇ ਵਿੱਚ ਵੀ ਬਣਾਏ ਸੀ, ਉਹਨਾਂ ਦੇ ਨਾਲ ਵੀ ਬਣਾਏ ਸੀਗੇ। ਅਤੇ ਹੁਣ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਵੀ ਉਹਨਾਂ ਦੀ ਕਾਲ ਆ ਗਈ ਕਿ ਅਸੀਂ ਸਾਰਿਆਂ ਨੇ ਇੱਕ ਵਾਰੀ ਗੈਟ ਟੂਗੈਦਰ ਜ਼ਰੂਰ ਕਰਨਾ ਆ ਅਤੇ ਇੱਕ ਦੂਜੇ ਨੂੰ ਵਿਸ਼ ਕਰਨਾ ਆ। ਅਤੇ ਗਾਈਜ਼ ਹੁਣ ਅਸੀਂ ਉੱਥੇ ਚੱਲਿਆ ਸੀਗਾ ਮੈਂ, ਅਤੇ ਬਾਕੀ ਮੈਂ ਤੁਹਾਡੇ ਨਾਲ ਉੱਥੇ ਜਾ ਕੇ ਗੱਲ ਕਰਵਾਉਂਦਾ। ਦੇਖੋ ਗਾਈਜ਼ ਇਹ ਹੁਣ ਮੈਂ ਜਾ ਰਿਹਾ ਸੀ ਤਾਂ ਰੋਡ ਦੇ ਇੱਕ ਸਾਈਡ ਦੇ ਉੱਪਰ ਜਾਮ ਲਗਾਇਆ ਹੋਇਆ ਆ, ਧਰਨਾ ਦਿੱਤਾ ਸੀ ਆਈ ਥਿੰਕ ਉੱਥੇ ਹੈ ਨਾ, ਅਤੇ ਉਹ ਧਰਨੇ ਦੇ ਕਰਕੇ ਹੁਣ ਦੇਖੋ ਫਾਰਮਰਸ ਨੇ, ਕਿਸਾਨਾਂ ਨੇ ਗੰਨੇ ਦੀਆਂ ਟਰਾਲੀਆਂ ਲਗਾ ਕੇ ਨਾ ਧਰਨਾ ਦਿੱਤਾ ਹੋਇਆ, ਰੋਡ ਜਾਮ ਕੀਤੀ ਹੋਈ ਆ। ਤਾਂ ਦੇਖੋ ਗਾਈਜ਼ ਕਿੰਨੀ ਦੂਰ ਤੱਕ ਜਾਮ ਲੱਗਾ ਪਿਆ ਇਹ ਤੁਸੀਂ ਦੇਖ ਸਕਦੇ ਹੋ। ਦੇਖੋ ਗਾਈਜ਼ ਕਿੰਨਾ ਜਾਮ, ਦੁਨੀਆ ਹੁਣ ਹਰ ਬੰਦਾ ਆਪਣੀ ਆਪਣੀ ਜਗ੍ਹਾ ਸਹੀ ਹੁੰਦਾ ਆ, ਕਸੂਰ ਸਰਕਾਰਾਂ ਦੇ, ਲੇਕਿਨ ਸਜ਼ਾ ਮਿਲਦੀ ਆ ਤੁਹਾਡੇ ਸਾਡੇ ਵਰਗਿਆਂ ਨੂੰ। ਹੁਣ ਤੁਸੀਂ ਦੇਖਿਆ ਹੀ ਆ ਧਰਨਾ ਦੇਣਾ ਜਾਂ ਨਹੀਂ ਦੇਣਾ ਇਹ ਕਿੰਨਾ ਜਾਇਜ਼ ਆ ਜਾਂ ਕਿੰਨਾ ਨਜਾਇਜ਼ ਆ, ਇਹ ਤਾਂ ਸਾਰਾ ਉਹਨਾਂ ਨੂੰ ਪਤਾ ਹੁੰਦਾ ਨਾ ਜਿਹੜੇ ਉਸ ਮਤਲਬ ਦੁੱਖ ਵਿੱਚੋਂ ਨਿਕਲ ਰਹੇ ਹੁੰਦੇ ਜਿਨ੍ਹਾਂ ਨੇ ਜਿਸ ਕਰਕੇ ਧਰਨਾ ਦਿੱਤਾ ਆ। ਅਤੇ ਲੇਕਿਨ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਧਰਨੇ ਦੇ ਨਾਲ ਪਰੇਸ਼ਾਨੀ ਤਾਂ ਲੋਕਾਂ ਨੂੰ ਹੀ ਆਉਂਦੀ ਆ, ਆਮ ਲੋਕਾਂ ਨੂੰ,
ਕਸੂਰ ਸਰਕਾਰਾਂ ਦਾ ਹੈ ਅਤੇ ਭੁਗਤਣਾ ਸਾਨੂੰ ਪੈਂਦਾ। ਹੁਣ ਸਾਨੂੰ ਮੈਂ ਇਹ ਵੀ ਨਹੀਂ ਕਹਿੰਦਾ ਵੀ ਧਰਨੇ ਦੇਣੇ ਗਲਤ ਆ, ਹੁਣ ਉਹਨਾਂ ਵਿਚਾਰਿਆਂ ਦੀ ਵੀ ਕੋਈ ਸੁਣਦਾ ਨਹੀਂ, ਉਹਨਾਂ ਨੇ ਤਾਂ ਕਿਸੇ ਤਰੀਕੇ ਨਾਲ ਤਾਂ ਆਪਣੀ ਗੱਲ ਸੁਣਾਉਣੀ ਆ। ਐਨੀ ਹੋ, ਬਾਕੀ ਲੈ ਦੇ ਕੇ ਤੁਸੀਂ ਖੁਦ ਡਿਸਾਈਡ ਕਰ ਸਕਦੇ ਆ, ਮੈਨੂੰ ਤਾਂ ਜੋ ਲੱਗਿਆ ਮੈਂ ਤੁਹਾਨੂੰ ਦੱਸ ਦਿੱਤਾ। ਅਤੇ ਗਾਈਜ਼ ਦੇਖੋ, ਹੁਣ ਮੈਂ ਪਹੁੰਚ ਗਿਆ ਆਪਣੀ ਡੈਸਟੀਨੇਸ਼ਨ 'ਤੇ ਜਿੱਥੇ ਅਸੀਂ ਹਮੇਸ਼ਾ ਮਿਲਦੇ ਹੁੰਦੇ ਹਾਂ, ਔਰੋਬਾਈਟ। ਅਤੇ ਹੁਣ ਮੈਂ ਚੱਲਾਂ ਅੰਦਰ। ਜਤਿੰਦਰ ਉਤਾਰ ਜਿਹੜਾ ਕੈਬ ਆਪਣੀ, ਪਲੀਜ਼। ਮੇਰਾ ਫਰੈਂਡ ਅਮਿਤ, ਇਹ ਸਾਰੇ ਅਸੀਂ 2022 ਦੇ ਵਿੱਚ ਦੁਬਾਰਾ ਮਿਲੇ ਹਾਂ। ਕਿੰਨੇ ਅਮਿਤ, ਕਿੰਨੇ ਸਾਲਾਂ ਬਾਅਦ? 22 ਸਾਲ ਬਾਅਦ। ਆਹ 2000 ਦੇ ਵਿੱਚ ਕੀਤੀ ਸੀ ਰਹਿਣ ਤਾਂ ਆਪਾਂ, 2000 ਚ ਕੀਤੀ ਸੀ। ਹਾਂ, 22 ਸਾਲ ਬਾਅਦ ਅਸੀਂ ਮਿਲੇ ਤਾਂ 2022 ਦੇ ਵਿੱਚ ਹੀ ਮਿਲੇ। ਦੇਖ ਲਓ, ਇਸ ਜਨਾਬ ਵੀ 22 ਸਾਲ ਬਾਅਦ ਮਿਲੇ ਆ, ਲੇਕਿਨ 22 ਸਾਲਾਂ ਬਾਅਦ ਇਹਨਾਂ ਦੇ ਵਿੱਚ ਬਹੁਤ ਕਮੀਆਂ ਆ ਗਈਆਂ। ਕਮੀਆਂ ਕਿ ਪੋਜ਼ਿਟਿਵ? ਨਹੀਂ ਨਹੀਂ ਤਾਂ ਫੇ ਨਹੀਂ ਤਾਂ ਫੇ ਨਹੀਂ ਤਾਂ ਫੇ ਦਿਖਾਓ ਦਿਖਾਓ। ਇਹ ਦੇਖਿਓ ਹੁਣੇ ਹੀ, ਜਤਿੰਦਰ ਉਤਾਰ ਦੇ, ਉਤਾਰ ਦੇ ਦਿਓ ਕੈਬ, ਉਤਾਰ ਆਪਣੀ। ਤੇ ਗਾਈਸ, ਇਹ ਤੁਸੀਂ ਦੇਖ ਸਕਦੇ ਹੋ ਸਾਡਾ ਗੈਂਗ, ਇਹ ਨਾ 10ਵੀਂ ਦਾ 2000 ਦਾ ਗੈਂਗ ਆ। 22 ਸਾਲ ਬਾਅਦ ਅਸੀਂ ਮਿਲੇ ਆ, ਤੇ ਅਸੀਂ ਕਿਹਾ ਵੀ ਇੱਕ ਬਲੌਗ ਤਾਂ ਨਵੇਂ ਸਾਲ ਦੇ ਸਾਡਾ ਸਾਰਿਆਂ ਦਾ ਬਣਦਾ ਹੀ ਹੈ ਨਾ। ਤੇ ਇਹ ਹੈਗੇ ਸਾਡੇ ਜਤਿੰਦਰ ਜੀ, ਤੇ ਅਮਿਤ ਸ਼ਰਮਾ ਜੀ, ਇਹ ਵਿਕਾਸ ਜੀ, ਤੇ ਮੈਂ ਤੁਹਾਡਾ ਤੁਹਾਡਾ ਸਾਰਿਆਂ ਦਾ ਪਿਆਰਾ ਜਿੱਤੇ। ਨਹੀਂ, ਬਾਕੀ ਵੀ ਪਿਆਰੇ ਹੀ ਆ। ਗਾਈਜ਼, ਇਹ ਦੇਖੋ, ਇਹ ਆ ਸਾਡੇ ਜਨਾਬ ਹੁਣੀ। ਕਿਸੇ ਵੀ ਤਰ੍ਹਾਂ ਦਾ ਟੈਸਟ ਕਰਾਉਣਾ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਤੇ ਉਹ ਟੈਸਟ ਜੇ ਕਿਸੇ ਨੂੰ ਫੰਡ ਦੀ ਲੋੜ ਹੋਵੇ ਤੁਸੀਂ ਨਾਲਦਿਆਂ ਨੂੰ ਸੰਪਰਕ ਕਰ ਸਕਦੇ ਹੋ। ਗਾਈਜ਼, ਇਹ ਆ ਮੇਰਾ ਮਤਲਬ ਸਭ ਤੋਂ ਪੁਰਾਣਾ ਬਹੁਤ ਵਧੀਆ ਦੋਸਤ। ਇਹ ਤੁਸੀਂ ਧਿਆਨ ਨਾਲ ਦੇਖੋ ਜੀ, ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੇਮ ਪਲੇਟ ਜੋ ਵੀ ਤਿਆਰ ਕਰਾਉਣਾ ਹੋਵੇ ਉਹ ਇੱਕੋ ਕਰਵਾ ਸਕਦੇ। ਅਸੀਂ ਕਿਹਾ ਵੀ ਇੱਥੇ ਬਹੁਤ ਖਾ ਲਿਆ, ਜੋ ਵੀ ਖਾਧਾ ਬਹੁਤ ਖਾਧਾ ਇੱਥੇ, ਅਤੇ ਹੁਣ ਅਸੀਂ ਲੋਕੇਸ਼ਨ ਚੇਂਜ ਕਰਨੀ ਹੈ ਗਾਈ। ਦੇਖੋ ਗਾਈਜ਼, ਇੱਥੇ ਵੀ ਨਿਊ ਈਅਰ ਸੈਲੀਬ੍ਰੇਟ ਹੋ ਰਿਹਾ ਚਰਚ ਦੇ ਬਾਹਰ, ਚਰਚ ਦੇ ਅੰਦਰ। ਗਾਣਾ ਸੁਣ ਕੇ ਇੱਥੇ ਮਹਿਫਲ ਲੱਗ ਗਈ ਆ, ਅੱਗੇ ਜਾਮ ਲੱਗ ਗਿਆ, ਹੁਣ ਇਕੱਲੀ ਇਕੱਲੀ ਗੱਡੀ ਵਾਲੇ ਨੇ ਸਹੇਲੀਆਂ ਲੱਭਣੀਆਂ। ਗਾਈਜ਼, ਹੁਣ ਅਸੀਂ ਫਿਰ ਇੱਥੇ ਆ ਗਏ ਹਾਂ ਆਪਣੀ ਪੈਟ ਜਗ੍ਹਾ 87। ਗਾਈਜ਼, ਹੁਣ ਖਾ ਰਹੇ ਆ ਸਾਰੇ ਜਣੇ ਚੌਮੇਜ਼ ਨਾਲ ਮਨਚੂਰੀਅਨ। ਅਮਿਤ ਸ਼ਰਮਾ ਜੀ ਦਾ ਜ਼ਿਆਦਾ ਹੀ ਧਿਆਨ ਖਾਣ ਵੱਲ ਆ। ਗਾਈਜ਼, ਹੁਣ ਅਸੀਂ ਫ੍ਰੀ ਹੋ ਗਏ ਇੱਥੋਂ ਵੀ, ਅਤੇ ਹੁਣ ਟਾਈਮ ਬਹੁਤ ਹੋ ਗਿਆ ਸੀ ਤਾਂ ਹੁਣ ਅਸੀਂ ਚੱਲੇ ਹਾਂ ਘਰ। ਅਸੀਂ ਫੇਰ ਪਹੁੰਚ ਗਏ ਹਾਂ ਉੱਥੇ ਔਰੋਬਾਈਟ ਦੇ ਅੱਗੇ, ਅਤੇ ਆਹ ਦੇਖ ਲਓ ਗਾਈਜ਼। ਅਤੇ ਗਾਈਜ਼, ਹੁਣ ਮੈਂ ਚੱਲਣਾ ਪਿਆ ਘਰ। ਬਹੁਤ ਮਜ਼ਾ ਆਇਆ ਗਾਈਜ਼, ਇੰਨੀ ਦੇਰ ਬਾਅਦ ਸਾਰਿਆਂ ਨੂੰ ਮਿਲ ਕੇ ਨਾ ਨਿਊ ਈਅਰ 'ਤੇ, ਬਹੁਤ ਮਜ਼ਾ ਆਇਆ। ਇਹ ਹੁਣ ਮੈਂ ਘਰ ਜਾਂਦਾ ਪਿਆ। ਦੇਖੋ ਗਾਈਜ਼ ਕਿੰਨੀ ਧੁੰਦ ਆ, ਅਤੇ ਮੈਂ ਹੁਣੇ ਬਾਹਰੋਂ ਆਇਆ ਸੀ ਅੰਦਰ। ਦੇਖੋ ਗਾਈਜ਼, ਜਿੱਦਾਂ ਹੀ ਮੈਂ ਬਾਹਰੋਂ ਅੰਦਰ ਆਇਆ ਤਾਂ ਮੇਰੇ ਆ ਸਾਰੇ ਵਾਲ ਜਿਹੜੇ ਸੀ ਇਹ ਗਿੱਲੇ ਹੋ ਗਏ ਸੀ ਧੁੰਦ ਦੇ ਨਾਲ, ਹੈ ਨਾ, ਇੰਨੀ ਫੋਗ ਪਈ ਸੀਗੀ। ਜਦੋਂ ਮੈਂ ਅੰਦਰ ਆਇਆ ਅਤੇ ਅੰਦਰ ਆ ਕੇ ਮੈਂ ਕਿਹਾ ਫਿਰ ਇੱਕ ਵਾਰੀ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂ, ਕਿਉਂਕਿ ਬਾਹਰ ਤਾਂ ਵੀਡੀਓ ਬਣਦੀ ਨਹੀਂ ਪਈ ਸੀ, ਮੈਂ ਐਕਟੀਵਾ 'ਤੇ ਸੀ ਗਾਈਜ਼। ਦੇਖੋ ਗਾਈਜ਼, ਅੰਦਰ ਇਹ ਕਿੱਦਾਂ ਪੰਗੇ ਲੈਣ ਡਿਆ ਆ। ਗਾਈਜ਼, ਹੀਟਰ ਲੱਗਾ ਆ, ਹੀਟਰ ਦੇ ਵਿੱਚ ਬੈਠੇ ਆ ਜਨਾਬ। ਦੇਖੋ, ਸਕੇਟਿੰਗ ਸ਼ੂਜ਼ ਪਾ ਕੇ ਇਹ ਪੰਗੇ ਲੈ ਰਿਹਾ ਆ। ਦੇਖੋ ਗਾਈਜ਼, ਹੁਣ ਆਪਣਾ ਬੈਲੈਂਸ ਕਰਨਾ ਤਾਂ ਸਿੱਖ ਗਿਆ ਗਾਈਜ਼ ਇਹ।
ਦੇਖੋ ਇਹ ਇੱਥੇ ਬਹਿ ਜਾਂਦਾ ਦੇਖੋ ਗਾਈਸ ਦੇਖਦਾ ਕਿੱਦਾਂ ਅਬ ਚਲੋ ਦੇਖੋ ਗਾਈਸ ਫਾਈਨਲੀ ਖੜਾ ਹੋ ਗਿਆ ਦੇਖੋ ਦੇਖੋ ਗਾਈਸ ਅਰਨਵ ਨੂੰ ਨਿਊ ਰਿੰਗ ਮਿਲੀ ਆ ਦੇਖੋ ਗਾਈਸ ਕਿਸੇ ਨੂੰ ਗੋਲਡਨ ਪਲੇ ਬਟਨ ਮਿਲਦਾ ਕਿਸੇ ਨੂੰ ਡਾਇਮੰਡ ਪਲੇ ਬਟਨ ਮਿਲਦਾ ਤੇ ਤੁਸੀਂ ਦੇਖੋ ਗਾਈਸ ਅਰਨਵ ਨੂੰ ਮਿਲੀ ਡਾਇਮੰਡ ਰਿੰਗ ਅਰਨਵ ਦਿਖਾ ਦੇ ਸਭ ਕੋ ਦੇਖੋ ਗਾਈਸ ਵਾਹ ਅਰਨਵ ਬੂਆ ਡਰਦੀ ਡਰਦੀ ਆਈ ਆ ਅੰਦਰ ਤੇ ਆਪਣੀ ਚੱਪਲ ਲੱਭਦੀ ਪਈ ਆ ਅਰਨਵ ਨੇ ਦੇਖੋ ਕਿੱਦਾਂ ਡਰਾ ਦਿੱਤਾ ਕੀ ਸਵੇਰ ਤੇਰੀ ਪਿਕਨਿਕ ਮੈਡਮ ਨੇ ਕਦੋਂ ਕਿਹਾ ਸੀ ਟਿਊਸ਼ਨ ਤੇ ਕਦੋਂ ਗਿਆ ਸੀਗਾ ਕੀ ਕਹਿੰਦੇ ਸੀ ਮੈਡਮ ਕਦੋਂ ਲੈ ਕੇ ਜਾਣਾ ਮੰਡੇ ਨੂੰ ਕੱਲ ਪਰਸੋਂ ਗਿਆ ਸੀ ਕਿ ਕੱਲ ਗਿਆ ਸੀ ਕੱਲ ਤਾਂ ਕੱਲ ਤੋਂ ਬਾਅਦ ਹੀ ਕਿਹਾ ਉਹਨਾਂ ਨੇ ਕੱਲ ਤੋਂ ਬਾਅਦ ਵੀ ਪਰਸੋਂ ਪੇਪਰ ਆ ਤੇਰੇ ਨੈਕਸਟ ਮੰਥ ਕਹਾ ਜਾਣਾ ਹੈ ਇਹ ਦੇਖੋ ਗਾਈਜ਼ ਇਹਦੇ ਬੂਆ ਦੇ ਏਅਰਪੋਰਟ ਲੈ ਕੇ ਆਏ ਆ ਐਪਲ ਦੇ ਤੇ ਇਹ ਬਸ ਪਾਗਲ ਹੀ ਹੋਇਆ ਪਿਆ ਰਾਤ ਨੂੰ ਵੀ ਇਹਨੂੰ ਜੀਵ ਚ ਪਾ ਕੇ ਸੌਂਦਾ ਹਨਾ ਅਰਨਵ ਕਿਉਂ ਡਰ ਲੱਗਦਾ ਹੈ ਕੋਈ ਚੋਰੀ ਕਰਕੇ ਲੈ ਜੂਗਾ ਹਾਂ ਠੀਕ ਹੈ ਗਾਈਜ਼ ਹੁਣ ਤੁਸੀਂ ਪਿੱਛੇ ਟਾਈਮ ਦੇਖ ਸਕਦੇ ਹੋ 10:30 ਵੱਜ ਗਏ ਆ ਰਾਤ ਦੇ ਅਰਨਵ ਨੂੰ ਵੀ ਨੀਨੀ ਆ ਗਈ ਆ ਅਰਨਵ ਨੇ ਵੀ ਸੋਣਾ ਆ ਗਾਈਜ਼ ਹੁਣ ਤੇ ਅਸੀਂ ਤੁਹਾਡੇ ਨਾਲ ਕੱਲ ਗੱਲ ਕਰਦੇ ਆ ਤੋ ਗਾਈਜ਼ ਬਲੌਗ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਗਾਈਜ਼ ਤੁਸੀਂ ਜਿੱਦਾਂ ਸਪੋਰਟ ਕਰਦੇ ਆ ਇਹ ਤੋਂ ਹੋਰ ਜ਼ਿਆਦਾ ਸਪੋਰਟ ਕਰੋ ਅਗਰ ਬਲੌਗ ਚੰਗਾ ਲੱਗਾ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟ ਕਰਕੇ ਦੱਸਿਆ ਕਰੋ ਥੈਂਕ ਯੂ ਗਾਈਜ਼ ਗੁੱਡ ਨਾਈਟ